हाँ जी ठेकेदार जी, की शुभ नाम है जी अपना? मेरा नाम बूटा कुमार है। बूटा कुमार जी, असि रोड तो लंघे जाते रोके आ थोड़ा प्रोजेक्ट देख के। हाँ जी, ये बहुत वधिया लग्या प्रोजेक्ट, जिवें रोड़ी नू कुटण दा काम करदा ते दुरमट दा भी शायद काम करदा। दुरमट दा ही करदा जी। अच्छा, कुटण दा नहीं काम करदा, है ना जी। इह दिन इक दिहाड़ी दे विच जे देखा जावे किन्ना क एरिया कवर कर दिंदा? 5000 स्क्वायर फुट। 5000 स्क्वायर फुट करदा है ना। ते डीजल दे के पेट्रोल दे? डीजल ते, डीजल दे। ਕਿੰਨਾ ਕੁ ਡੀਜ਼ਲ ਖਾ ਲੈਂਦਾ ਹੋਊਗਾ? ਇਹਨੇ 4000 ਸਕੁਅਰ ਫੁੱਟ ਏਰੀਆ ਦਾ, ਮੇਰੇ ਹਿਸਾਬ ਨਾਲ 2 ਲੀਟਰ ਤੇਲ ਖਾਦਾ ਨਹੀਂ, 1.5 ਲੀਟਰ ਸਵਾ ਲੀਟਰ ਖਾਦਾ। ਇਹ ਫਿਰ ਤੁਹਾਨੂੰ ਕਿੱਥੋਂ ਪ੍ਰੋਵਾਈਡ ਹੋਇਆ, ਮਤਲਬ ਕਿੱਥੋਂ ਮਿਲਿਆ? ਇਹ ਵੈਸੇ ਤਾਂ ਚਮਕੌਰ ਸਾਹਿਬ ਤੋਂ ਲੈਂਦਾ ਜੀ। ਅੱਛਾ, ਇਹ ਹੁਣ ਆਪਾਂ ਆਪਣਾ ਵੀ ਨਵਾਂ ਲੈ ਕੇ ਆਵਾਂਗੇ। ਹਾਂ, ਇਹਦੀ ਜਿੱਦਾਂ ਜੇ ਕਿਰਾਏ ਤੇ ਵੀ ਲੈਂਦੇ ਆ ਜੀ 500 ਰੁਪਏ ਦੀ, ਇਹਦੀ ਦੂਜੀ ਹੈ ਜੀ ਕਿਰਾਇਆ। ਕਿਰਾਇਆ ਤੇ ਬਾਕੀ ਬੰਦਾ ਐਕਸਟਰਾ। ਹਾਂਜੀ, ਵਧੀਆ ਚੀਜ਼ ਆ ਜੀ, ਬਹੁਤ ਫਾਇਦੇਮੰਦ ਅਤੇ ਬਚਾ ਕਰਨ ਵਾਲਾ ਸੌਦਾ। ਸੋ ਤੁਸੀਂ ਦੇਖ ਸਕਦੇ ਆ ਕਿ ਬਹੁਤ ਵਧੀਆ ਜਿਹੜਾ ਇੱਕ ਲੈਵਲ ਦੇ ਵਿੱਚ ਸਾਰਾ ਇਹ ਕਟਾਈ ਹੋਈ ਹੋਈ ਆ। ਸੋ ਜਿਵੇਂ ਠੇਕੇਦਾਰ ਨੇ ਵੀਰ ਨੇ ਦੱਸਿਆ ਕਿ ਬਹੁਤ ਹੀ ਫਾਇਦੇਮੰਦ ਔਰ ਕਿਫਾਇਤੀ ਚੀਜ਼ ਆ, ਜਿੰਨੇ ਵੀ ਮਿਸਤਰੀ ਭਰਾ ਹੈਗੇ ਆ ਉਹ ਇਸ ਚੀਜ਼ ਨੂੰ ਯੂਜ਼ ਕਰਕੇ ਆਪਣਾ ਜਿਹੜਾ ਕੰਮ ਆ ਵਧੀਆ ਚਲਾ ਸਕਦੇ ਆ।